ਹਾਂਜੀ ਦੋਸਤੋ ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਦੋ ਤਿੰਨ ਖਬਰਾਂ ਆ ਰਹੀਆਂ ਨੇ ਉਹ ਤੁਹਾਨੂੰ ਦੱਸਾਂਗੇ ਤਾਂ ਸਭ ਤੋਂ ਪਹਿਲਾਂ ਦੇਖੋ ਇਹ ਜਿਹੜੇ CBSE ਬੋਰਡ ਆ ਨਾ ਦੋਸਤੋ ਉਹਨਾਂ ਵੱਲੋਂ ਖਬਰ ਆਈ ਆ ਕਿ ਭਈ ਵਿਦਿਆਰਥੀਆਂ ਲਈ ਅਹਿਮ ਖਬਰ CBSE ਵੱਲੋਂ ਬੋਰਡ ਪ੍ਰੀਖਿਆਵਾਂ ਸੰਬੰਧੀ ਸਕੂਲਾਂ ਨੂੰ ਨੋਟਿਸ ਜਾਰੀ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਹੱਦ ਤੱਕ ਜਿਹੜਾ ਹੈਗਾ ਪੰਜਾਬ ਬੋਰਡ CBSE ਵੱਲ ਦੇਖ ਕੇ ਹੀ ਆਪਣੇ ਫੈਸਲੇ ਲੈਂਦਾ ਵਾ ਤਾਂ ਦੋਸਤੋ ਦੇਖੋ ਇੱਕ CBSE ਵੱਲੋਂ ਨੋਟਿਸ ਆਇਆ ਵਾ ਕਿ CBSE ਬੋਰਡ ਨੇ ਆਉਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਨੂੰ ਲੈ ਕੇ ਸਕੂਲਾਂ ਨੂੰ ਅਹਿਮ ਨੋਟਿਸ ਜਾਰੀ ਕੀਤਾ ਹੈ ਬੋਰਡ ਨੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਹਦਾਇਤ ਦਿੱਤੀ ਹੈ ਕਿ ਅਕਾਦਮਿਕ ਸੈਸ਼ਨ 2022-23 ਵਿੱਚ 10ਵੀਂ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਵੀਡੀਓ ਕਾ ਵੀਡੀਓਗ੍ਰਾਫੀ ਕਰਨਾ ਜ਼ਰੂਰੀ ਹੈ ਯਾਨੀ ਕਿ ਦੋਸਤੋ ਇਸ ਵਿੱਚ ਲਾਪਰਵਾਹੀ ਵਰਤਣ ਵਾਲੇ ਸਕੂਲਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਜੀ ਯਾਨੀ ਕਿ ਦੋਸਤੋ ਜੇਦੋ ਤੁਹਾਡੇ ਪੇਪਰ ਹੋਣਗੇ 10ਵੀਂ ਤੇ 12ਵੀਂ ਦੇ ਜੇਦੋ ਤੁਹਾਡਾ ਪੇਪਰ ਹੋ ਰਿਹਾ ਹੋਵੇਗਾ ਤਾਂ ਦੋਸਤੋ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਣੇ ਚਾਹੀਦੇ ਹਨ ਠੀਕ ਹੈ ਜੀ ਬੋਰਡ ਨੇ ਸਪਸ਼ਟ ਕੀਤਾ ਹੈ ਕਿ ਜਿਹੜਾ ਹੈਗਾ ਹਰ ਕਲਾਸ ਵਿੱਚ ਸੀਸੀਟੀਵੀ ਕੈਮਰਾ ਲਗਾਉਣਾ ਲਾਜ਼ਮੀ ਹੈ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਕੋਈ ਸਕੂਲ ਜੇ ਠੀਕੇ ਗਲਤ ਵਿਵਹਾਰ ਕਰਦਾ ਹੈ ਤਾਂ ਉਸਦੇ ਤੇ ਜੁਰਮਾਨਾ ਵੀ ਲਗਾਇਆ ਜਾਵੇਗਾ ਬੋਰਡ ਨੇ ਇਸ ਸੰਬੰਧੀ ਸਕੂਲਾਂ ਨੂੰ ਭੇਜੇ ਹਦਾਇਤਾਂ ਨੂੰ ਵਿੱਚ ਕਿਹਾ ਗਿਆ ਹੈ ਕਿ ਸਕੂਲਾਂ ਵਿੱਚ ਥਿਉਰੀ ਪ੍ਰੀਖਿਆ ਅਤੇ ਪ੍ਰੈਕਟੀਕਲ ਪ੍ਰੀਖਿਆ ਵਿੱਚ ਸੀਸੀਟੀਵੀ ਕੈਮਰੇ ਲਗਾਉਣੇ ਲਾਜ਼ਮੀ ਹਨ ਮੀਡੀਆ ਰਿਪੋਰਟਾਂ ਮੁਤਾਬਕ ਜੇਕਰ ਕੋਈ ਸਕੂਲ ਜਾਂ ਫਿਰ ਸੰਸਥਾ ਜਿਹੜਾ ਨਹੀਂ ਕਰਦਾ ਹੈ ਤਾਂ ਉਸਤੇ 50 ਹਜ਼ਾਰ ਤੱਕ ਦਾ ਜਿਹੜਾ ਹੈਗਾ ਜੁਰਮਾਨਾ ਜੁਰਮਾਨਾ ਵੀ ਲਗਾਇਆ ਜਾਵੇਗਾ ਤਾਂ ਦੋਸਤੋ ਦੇਖ ਸਕਦੇ ਹੋ ਕਿ CBSE ਵੱਲੋਂ ਬਹੁਤ ਹੀ ਵੱਡੀ ਖਬਰ ਆ ਕਿ ਜਦੋਂ ਤੁਹਾਡੇ ਪੇਪਰ ਹੋਣਗੇ ਨਾ ਜਿਸ ਕਮਰੇ ਦੇ ਵਿੱਚ ਪੇਪਰ ਹੋਣਗੇ ਜਿਸ ਕਲਾਸ ਦੇ ਵਿੱਚ ਪੇਪਰ ਹੋਣਗੇ ਉੱਥੇ ਕੈਮਰਾ ਲੱਗਿਆ ਹੋਵੇਗਾ ਇਹ ਦੋਸਤੋ ਫੈਸਲਾ CBSE ਨੇ ਲੈ ਲਿਆ ਵਾ ਪਰ ਦੋਸਤੋ ਹਜੇ ਤੱਕ ਜੇ ਗੱਲ ਕਰੀਏ ਪੰਜਾਬ ਬੋਰਡ ਨੇ ਇਸ ਤਰ੍ਹਾਂ ਦਾ ਹਜੇ ਤੱਕ ਕੋਈ ਵੀ ਫੈਸਲਾ ਨਹੀਂ ਲੈਂਦਾ ਹੈ ਠੀਕ ਹੈ ਜੀ हो सकता है दोस्तों कि पंजाब बोर्ड ले लै ठीक है जी बट हजे तक फिलहाल कोई पक्का नहीं है ठीक है जी तो दोस्तों देखो अगर सी टी वी कैमरे लग जाते हैं तो नकल का बहुत ही ज़्यादा कट्ट चांस होएगा कि थोड़ी नकल वगैरह वजे ठीक है जी क्योंकि अगर सी टी वी कैमरे लग गए तो उस तो बाद दोस्तों नकल का बिल्कुल ही जीरो परसेंट चांस हो जाएगा क्योंकि दोस्तों कैमरे जो तो, आ, हो गए तो फिर दोस्तों नकल मार ही नहीं सकते ठीक है जी तो दोस्तों बाकी हजे पंजाब बोर्ड का बिल्कुल ही नहीं होया होगा कन्फर्म कि टीवी कैमरे लगे रहन या नहीं लगे रहन ठीक है जी बाकी सी बी एस ई वाले ने कह दता ਬਾਕੀ ਪੀਐਸਬੀ ਦਾ ਹਜੇ ਤੱਕ ਕੋਈ ਪੱਕਾ ਨਹੀਂ ਹੋਇਆ ਬਾਕੀ ਅਗਰ ਕੋਈ ਖਬਰ ਆਏਗੀ ਤਾਂ ਤੁਹਾਨੂੰ ਜਰੂਰ ਦੱਸਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਦੋਸਤੋ ਇੱਕ ਹੋਰ ਤੁਹਾਡੇ 10ਵੇਂ ਤੇ 12ਵੇਂ ਦੇ ਲਈ ਖਬਰ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਤਾਂ ਇੱਕ ਇਹ ਨੋਟਿਸ ਆਇਆ ਹੋਇਆ ਹੈ ਜ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਸ਼੍ਰੇਣੀਆਂ ਵਿੱਚ ਬੇਰਬਿਆ ਹਸਤਕਸ਼ਰ ਅਤੇ ਵਿਸ਼ਿਆਂ ਦੇ ਸੋਧਾਂ ਸੈਸ਼ਨ 2022-23 ਠੀਕ ਹੈ ਜੀ ਯਾਨੀ ਕਿ ਦੋਸਤੋ ਜਿਨ੍ਹਾਂ ਵਿਦਿਆਰਥੀਆਂ ਨੇ ਆਪਣੇ ਸਬਜੈਕਟ ਚੇਂਜ ਕਰਾਣੇ ਹਨ ਨਾਮ ਸਹੀ ਕਰਵਾਉਣਾ ਵਾ ਠੀਕ ਹੈ ਜੀ ਬੀਰ ਬਿਆਨ ਦੇ ਵਿੱਚ ਜਾਂ ਫਿਰ ਫੋਟੋ ਚੇਂਜ ਕਰਾਉਣੀ ਹੈ ਫਿਰ ਸਾਈਨ ਚੇਂਜ ਕਰਵਾਉਣੇ ਹਨ ਠੀਕ ਹੈ ਜੀ ਜਿਨ੍ਹਾਂ ਨੇ ਆਪਣੀ ਸਟਰੀਮ ਚੇਂਜ ਕਰਨੀ ਹੈ 10ਵੀਂ ਜਿਹੜਾ ਹੈਗਾ 11ਵੀਂ 12ਵੀਂ ਵਾਲੇ ਠੀਕ ਹੈ ਜੀ ਸੌਰੀ 11ਵੀਂ ਨਹੀਂ ਓਨਲੀ 12ਵੀਂ ਅਤੇ 10ਵੀਂ ਹੈ ਠੀਕ ਹੈ ਜੀ ਜਿਨ੍ਹਾਂ ਨੇ 10ਵੀਂ ਦੇ ਵਿੱਚ ਆਪਣੇ ਕੋਈ ਅਗਰ ਸਬਜੈਕਟ ਬਦਲਣਾ ਵਾ ਠੀਕ ਹੈ ਇਹ 12ਵੀਂ ਦੇ ਵਿੱਚ ਦੋਸਤੋ ਜਿਨ੍ਹਾਂ ਨੇ ਆਪਣੀ ਸਟਰੀਮ ਜਾਂ ਫਿਰ ਵਿਸ਼ ਤੱਕਦਾ ਜਿਹੜਾ ਇਹਨਾਂ ਨੇ ਸਮਝ ਦਿੱਤਾ ਹੋਇਆ ਵਾ ਠੀਕ ਹੈ ਜੀ ਇਹਨਾਂ ਸ਼ੋਧਾ ਨੂੰ ਦੋਸਤੋ ਜਿਹੜਾ ਹੈਗਾ ਵਾ 31 12 2022 ਤੱਕ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਦੋਸਤੋ ਇਹਨਾਂ ਨੇ ਦੱਸਿਆ ਵਾ ਕਿ ਬਈ ਜਿਹੜਾ ਹੈਗਾ ਵਾ ਇਹਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਦੋਸਤੋ ਇਹਨਾਂ ਨੇ ਦੱਸਿਆ ਵਾ ਕਿ ਹਾਂਜੀ ਤਾਂ ਵੇਰਵੇ ਦੇ ਵਿੱਚ ਸ਼ੋਧ ਲਈ ਦੋਸਤੋ ਜੇਕਰ ਤੁਹਾਡੇ ਨਾਮ ਵਗੈਰਾ ਚੇਂਜ ਕਰਨਾ ਵਾ ਤਾਂ ਆਹ ਵਾਲੇ ਤੁਹਾਡੇ ਡਾਕੂਮੈਂਟ ਲੱਗਣਗੇ ਠੀਕ ਹੈ ਜੀ ਜੇਕਰ ਤੁਸੀਂ ਸਬਜੈਕਟ ਬਦਲਨੇ ਹਨ ਤਾਂ ਉਹਨਾਂ ਦੇ ਲਈ ਦੋਸਤੋ ਆਹ ਵਾਲੀ ਡਾਕੂਮੈਂਟ ਲੱਗਣਗੇ ਸਕੂਲ ਦਾ ਫਾਰ ਵਰਡਿੰਗ ਲੈਟਰ ਠੀਕ ਹੈ ਜੀ ਪ੍ਰਖਿਆਰਤੀ ਦੇ ਵਿਸ਼ੇ ਤਸਦੀਕ شدہ ਕਾਪੀ ਠੀਕ ਹੈ 12ਵੀਂ ਵਿੱਚ ਸਟਰੀਮ ਦੀ ਸ਼ੋਧ ਕਰਵਾਉਣ ਦੀ ਸੂਰਤ ਵਿੱਚ ਪ੍ਰੀਖਿਆਰਤੀ ਦਾ 11ਵੀਂ ਸ਼੍ਰੇਣੀ ਪਾਸ ਸਰਟੀਫਿਕੇਟ ਦੀ ਤਸਦੀਕ شدہ ਕਾਪੀ ਅਤੇ 12ਵੀਂ ਪ੍ਰੀਖਿਆ ਦੇ ਰਿਪੋਰਟ ਕਾਰਡ ਦੀ ਤਸਦੀਕ شدہ ਕਾਪੀ ਅਗਰ ਤੁਸੀਂ ਆਪਣੀ ਸਟਰੀਮ ਹੀ ਬਦਲਣੀ ਆ ਠੀਕ ਹੈ ਜੀ ਪੂਰੀ ਉਸ ਤੋਂ ਬਾਅਦ ਦੋਸਤੋ ਅਗਰ ਆਪਣੇ ਫੋਟੋ ਜਾਂ ਫਰਸ਼ ਅੱਖਰ ਵਿੱਚ ਸ਼ੋਧ ਕਰਨੇ ਆ ਤਾਂ ਆਹ ਵਾਲੇ ਡਾਕੂਮੈਂਟ ਤੁਹਾਡੇ ਲੱਗਣਗੇ ਤਾਂ ਦੋਸਤੋ ਬਹੁਤ ਹੀ ਵੱਡੀ ਖਬਰ ਆ ਤੁਹਾਡੇ 10ਵੇਂ ਤੇ 12ਵੇਂ ਦੇ ਲਈ ਜਿਨ੍ਹਾਂ ਨੇ ਆਪਣਾ ਨਾਮ ਫੋਟੋ ਠੀਕ ਹੈ ਜੀ ਸਾਇਨ ਅਤੇ ਸਬਜੈਕਟ ਜਾਂ ਫਿਰ ਸਟ੍ਰੀਮ ਵਗੈਰਾ ਚੇਂਜ ਕਰਾਉਣੀ ਹੈ ਤਾਂ ਉਹ ਕਰਵਾ ਸਕਦੇ ਹਨ ਉਹਨਾਂ ਲਈ ਇਹ ਜਿਹੜਾ ਹੈਗਾ ਫਰਮਾ ਜਿਹੜਾ ਹੈਗਾ ਜਾਰੀ ਹੋ ਚੁੱਕਿਆ ਹੈ ਠੀਕ ਹੈ ਜੀ ਤੇ ਕਰੈਕਸ਼ਨ ਪਰਫਾਰਮਾ ਠੀਕ ਹੈ ਜੀ ਆਹ ਜਾਰੀ ਹੋ ਚੁੱਕਿਆ ਹੈ ਉਸ ਤੋਂ ਬਾਅਦ ਦੋਸਤੋ ਇਹ ਹੀ ਤੁਹਾਡੀ ਜਿਹੜੀ ਖਬਰਾਂ ਸੀਗੀਆਂ ਬਾਕੀਆਂ ਹੌਲੀਡੇ ਦੀਆਂ ਇੱਕ ਖਬਰ ਆਈ ਹੈ ਕਿ ਸਕੂਲ ਹੌਲੀਡੇ ਇਨ ਜਨਵਰੀ 2023 ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਹੈਗਾ ਤੁਹਾਡੇ 25 ਦਸੰਬਰ ਤੋਂ 1 ਜਨਵਰੀ ਤੱਕ ਤੁਹਾਡੇ ਜਿਹੜਾ ਹੈਗਾ ਅਛੁੱਟੀਆਂ ਕੀਤੀਆਂ ਗਈਆਂ ਹਨ ਸਰਦੀਆਂ ਦੀਆਂ ਠੀਕ ਹੈ ਜੀ ਤਾਂ ਹੁਕਮ ਅਨੁਸਾਰ ਹੁਣ ਜਿਹੜਾ ਹੈਗਾ ਤੁਹਾਡੇ ਸਕੂਲ ਜਿਹੜਾ ਹੈਗਾ 2 ਜਨਵਰੀ 2023 ਨੂੰ ਖੁੱਲਣਗੇ ਤਾਂ ਸਿੱਖਿਆ ਵਿਭਾਗ ਵੱਲੋਂ ਜਿਹੜਾ ਹੈਗਾ ਪ੍ਰੀ ਬੋਰਡ ਪ੍ਰੀਖਿਆਵਾਂ ਦੋਸਤੋ ਜਿਹੜੀਆਂ ਹੈਗੀਆਂ ਨੇ ਉਹ ਕਦੋਂ ਲਈਆਂ ਜਾਣਗੀਆਂ ਤਾਂ ਪ੍ਰੀ ਬੋਰਡ ਪ੍ਰੀਖਿਆਵਾਂ ਦੋਸਤੋ ਇੱਥੇ ਦੇਖ ਸਕਦੇ ਹੋ ਇਹਨਾਂ ਨੇ ਲਿਖਿਆ ਹੈ ਕਿ ਫਰਵਰੀ ਮਹੀਨੇ ਵਿੱਚ ਜਿਹੜਾ ਹੈਗਾ ਵਾ ਲਈਆਂ ਜਾਣਗੀਆਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੋਸਤੋ ਇਹਨਾਂ ਨੇ ਕਿਹਾ ਵਾ ਕਿ ਜਨਵਰੀ ਮਹੀਨੇ ਦੇ ਵਿੱਚ ਜਿਹੜਾ ਹੈਗਾ ਕੁੱਲ 9 ਛੁੱਟੀਆਂ ਰਹਿਣਗੀਆਂ ਤੇ ਇਹਨਾਂ ਛੁੱਟੀਆਂ ਬਾਰੇ ਜਾਣਕਾਰੀ ਛੇੜ ਦਿੱਤੇ ਗਈ है ਜਿਵੇਂ ਕਿ ਤੁਹਾਨੂੰ ਦਿਖਾ ਦਈਏ ਆਹ ਵਾਲੀ ਲਿਸਟ ਹੈ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਆਹ ਵਾਲੀ ਛੁੱਟੀ ਤੁਹਾਡੇ ਜਨਵਰੀ ਮਹੀਨੇ ਦੇ ਵਿੱਚ ਰਹੇਗੀ ਜਿਵੇਂ ਕਿ ਠੀਕ ਹੈ ਜੀ ਆਹ ਵਾਲੀ ਇਹਨਾਂ ਨੇ ਥੇ ਲਿਖ ਕੇ ਦਿੱਤਾ ਹੋਇਆ ਵਾ ਠੀਕ ਹੈ ਤੁਸੀਂ ਸਕਰੀਨ ਰੋਕੇ ਇਸ ਨੂੰ ਦੇਖ ਸਕਦੇ ਹੋ ਤਾਂ ਦੋਸਤੋ ਆਹੀ ਕੁਝ ਖਬਰਾਂ ਸੀ ਕਿ ਜੋ ਕਿ ਅਸੀਂ ਤੁਹਾਨੂੰ ਦੱਸਣਾ ਜ਼ਰੂਰੀ ਸਮਝਿਆ ਤਾਂ ਕਿ ਤੁਹਾਨੂੰ ਕੋਈ ਅਪਡੇਟ ਮਿਲਦੀ ਰਹੇ ਬਾਕੀ ਅਗਰ ਤੁਹਾਡੀ ਕੋਈ ਕੁਇਰੀ ਹੈ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਇੰਸਟਾਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ